ਠੀਕ ਹੈ। ਵੈਸੇ ਤਾਂ ਬਹੁਤ ਸਾਰੇ ਦੋਸਤਾਂ ਬਾਬ ਐਸੇ ਕਬੂਤਰ ਪਰਵਰ ਨੇ ਜਿਹੜੇ ਸੋਸ਼ਲ ਮੀਡੀਆ ਯੂਜ਼ ਕਰਦੇ ਆ, ਉਹ ਤੁਹਾਡੇ ਨਾਮ ਤੋਂ ਵੀ ਵਾਕਫ ਨੇ, ਤੁਹਾਡੇ ਚਿਹਰੇ ਤੋਂ ਵੀ ਵਾਕਫ ਨੇ, ਔਰ ਤੁਹਾਡੀਆਂ ਬਾਤਾਂ ਤੋਂ ਬਹੁਤ ਜ਼ਿਆਦਾ ਮੁਤਾਸਰ ਹੁੰਦੇ ਆ, ਕਿਉਂਕਿ ਤੁਸੀਂ ਹਮੇਸ਼ਾ ਹੀ ਜਦੋਂ ਕੋਈ ਗੱਲ ਕੀਤੀ ਹੈ ਖੁੱਲ੍ਹ ਖੁਲਾ ਕੇ ਕੀਤੀ ਹੈ, ਕੋਈ ਝੱਕੇ ਨਹੀਂ, ਠੀਕ ਹੈ, ਕੋਈ ਗੱਲ ਛੁਪਾਈ ਹੀ ਨਹੀਂ, ਇਸ ਕਰਕੇ ਲੋਕ ਤੁਹਾਡੇ ਨਾਲ ਬਹੁਤ ਜ਼ਿਆਦਾ ਪਸੰਦ ਕਰਦੇ ਆ। ਔਰ ਮੈਨੂੰ ਵੀ ਕਾਫੀ ਸਾਰੇ ਦੋਸਤਾਂ ਨੇ ਕਿਹਾ ਸੀ ਕਿ ਲਾਹੌਰ ਜਾਓ ਅਤੇ ਮੁੱਲਾ ਨਦੀਮ ਤਾਰਾ ਵਾਲੇ ਦਾ ਇੰਟਰਵਿਊ ਜ਼ਰੂਰ ਕਰਨਾ ਜੀ, ਅਤੇ ਮੈਂ ਹਮਾਦ ਸਾਹਿਬ ਉਹਨਾਂ ਨੂੰ ਰਿਕੁਐਸਟ ਕੀਤੀ, ਇਹਨਾਂ ਨੇ ਅੱਗੋਂ ਤੁਹਾਡੇ ਨਾਲ ਗੱਲ ਕੀਤੀ, ਮਿਹਰਬਾਨੀ, ਤੁਸੀਂ ਟਾਈਮ ਦਿੱਤਾ। ਸਰ ਦੇਖੋ ਤੁਹਾਡਾ ਹੱਕ ਹੈ, ਦੇਖੋ ਇਹ ਜਿੰਨੇ ਅਸੀਂ ਕਬੂਤਰ ਪਰਵਾਰ ਹਾਂ ਸਾਡੀ ਇੱਕ ਬਰਾਦਰੀ ਹੈ ਜੀ ਜੀ ਜੀ, ਠੀਕ ਹੈ, ਇਹਦੇ ਛੋਟਾ ਵੱਡਾ ਕੋਈ ਨਹੀਂ ਜੀ ਜੀ, ਜਿਹੜਾ ਆਵੇ ਮੋਸਟ ਵੈਲਕਮ ਮੋਸਟ ਰਾਈਟ, ਸਹੀ ਮਿਹਰਬਾਨੀ ਹੈ, ਅਤੇ ਤੁਹਾਡਾ ਬੜਾ ਪਾਣੇ ਜੀ, ਇੱਕ ਅੱਛੇ ਜ਼ਰਫ ਆਉਂਦਾ ਮੁਜ਼ਾਹਰਾ ਤੁਹਾਡਾ। ਅੱਛਾ ਉਸਤਾਦ ਮੋਹਤਰਮ, ਕਬੂਤਰਬਾਜ਼ੀ ਕਿਹੜੀ ਏਜ 'ਚ ਤੁਸੀਂ, ਬਚਪਨ 'ਚ ਤੁਹਾਨੂੰ ਸ਼ੌਕ ਪਿਆ ਜਾਂ ਥੋੜ੍ਹੇ ਜਿਹੇ ਜਵਾਨ ਹੋਏ ਉਦੋਂ ਤੁਹਾਨੂੰ ਸ਼ੌਕ ਪਿਆ? ਇਹ ਅਸਲ ਜਿਹੜਾ ਮੇਰੇ ਵੱਡੇ ਭਾਈ ਭਾਈ ਸਾਹਿਬ ਨੂੰ ਸ਼ੌਕ ਸੀ, ਅਤੇ ਉਹ 1978 'ਚ ਬਾਜ਼ੀਆਂ ਉਡਾਉਂਦੇ ਸਨ, ਉਦੋਂ ਮੇਰੀ ਉਮਰ 8 ਸਾਲ ਸੀ, ਉਦੋਂ 8 ਸਾਲ ਸੀ, ਮੈਂ ਉਹਨਾਂ ਦੇ ਨਾਲ ਨਾਲ ਬੱਚਾ ਸਾ, ਕੁੱਡੇ 'ਚ ਕਬੂਤਰ ਉਡਾਉਣਾ ਉਡਾਉਣਾ, ਉਦੋਂ ਛੋਟਾ ਜਿਹਾ ਤੇ ਰਸਿਸਟਮ ਸੀ, ਇੱਕ ਅੱਧਾ ਖੁੱਡਾ ਬਣਾਇਆ ਸੀ ਜੀ ਜੀ, ਉਸ ਦੌਰ ਦੀ ਸਿੰਪਲ ਜਿਹਾ ਸ਼ੌਕ, ਸਿੰਪਲ ਸ਼ੌਕ, ਉਹ ਬਚਪਨ 8 ਸਾਲ ਦੀ ਉਮਰ 'ਚ ਸ਼ੌਕ, 8 ਸਾਲ ਦੀ ਉਮਰ ਤੋਂ ਸ਼ੌਕ, ਭਾਈ ਭਾਈ ਸਾਹਿਬ ਨੇ ਚਲੇ ਗਏ ਹੋਣੇ ਥੋੜ੍ਹੀ ਦੇਰ ਪਹਿਲੇ, ਅੱਛਾ ਉਹ ਵੱਡੇ ਸਨ ਮੇਰੇ ਤੋਂ, ਅੱਛਾ ਉਹ ਬਾਜ਼ੀਆਂ ਬੁਜ਼ੀਆਂ ਉਡਾਉਂਦੇ ਸਨ, ਉਸ ਦੌਰ 'ਚ 50 ਰੁਪਏ ਦੀ ਬਾਜ਼ੀ ਲਾ ਰਹੇ ਸੀ ਕਿਹੜੇ ਦੀ, 50 ਰੁਪਏ ਦੀ, ਹਾਂ 50 ਰੁਪਏ ਦੀ, 100 ਰੁਪਏ ਦੀ ਬਾਜ਼ੀ ਉੱਡਦੀ ਸੀ, ਆਖਰੀ ਕਬੂਤਰ ਦੀ ਬਾਜ਼ੀ ਹੁੰਦੀ ਸੀ, ਨਾ ਫੀ ਕਬੂਤਰ ਨੂੰ ਦਾਦੀ ਨਾ ਐਵਰੇਜ ਹੁੰਦੀ ਸੀ, ਉਹ ਅੱਛਾ ਅੱਛਾ ਹੇਟੀ ਹੁੰਦੀ ਸੀ, ਹੇਟੀ ਹੁੰਦੀ ਸੀ, ਜਿਹੜਾ ਹੇਟ ਕੱਪ ਵੀ ਹੇਟ ਨਹੀਂ ਉੱਡਦੇ ਸਨ ਉਸ ਦੌਰ, ਠੀਕ ਹੈ, 8 ਸਾਲ ਦੀ ਉਮਰ ਤੋਂ ਲੱਗੇ ਆ, ਹੁਣ 54 ਸਾਲ ਹੋ ਗਏ ਜੀ, ਇੱਥੇ ਲੱਗੇ ਹੀ ਆ ਰਹੇ, ਲੱਗ ਹੀ ਆ ਰਹੇ, ਜਿਨ ਦਿਨ ਅੱਲਾ ਨੇ ਜ਼ਿੰਦਗੀ ਦਿੱਤੀ ਹੈ ਥੋੜ੍ਹਾ ਬਹੁਤ ਸ਼ੁਗਰ ਮਿਲਾ ਕਰਦੇ ਹੀ ਰਹਾਂਗੇ, ਠੀਕ ਹੈ ਜੀ। ਅੱਛਾ ਉਸਤਾਦ ਜੀ, 8 ਸਾਲ ਦੀ ਉਮਰ ਤੋਂ ਤੁਸੀਂ ਭਾਈ ਦੇ ਨਾਲ ਸ਼ੌਕ ਦੇ ਨਾਲ ਮੁਨਸਲਿਕ ਹੋਏ, ਉਸ ਤੋਂ ਬਾਅਦ ਪ੍ਰੋਪਰਲੀ ਇੱਕ ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਸ਼ੌਕ ਚੱਲ ਰਿਹਾ ਆਪਣਾ ਲਾਹੌਰ ਪੂਰੇ ਦਾ, ਠੀਕ ਹੈ, ਉਸ ਤੋਂ ਬਾਅਦ ਪੰਜਾਬ ਲੈਵਲ ਦਾ ਸ਼ੌਕ, ਟੂਰਨਾਮੈਂਟ ਉਡਾਉਣਾ, ਅੱਛੇ ਘਰਾਂ ਨਾਲ ਬਾਜ਼ੀ ਖੇਲਣਾ, ਇਹ ਕਿਹੜੇ ਸਨ 'ਚ ਜਾਂ ਕਿਸ ਵਿੱਚ ਸੀ ਤੁਸੀਂ ਜੋ ਸਟਾਰਟਿੰਗ ਹੋਈ ਤੁਹਾਡੀ? ਇਹ ਮੈਂ 1992 ਨਾਲ ਫਿਰ ਨਾ ਮੁਸਲਸਲ ਜੇਠ ਦੀਆਂ ਬਾਜ਼ੀਆਂ ਨਾਲ ਲਾਹੌਰ 'ਚ ਉਡਾਉਣੀਆਂ ਸ਼ੁਰੂ ਕਰ, 1992 'ਚ, ਪੰਕਜ ਠੀਕ ਹੈ, 92 ਉਡਾਉਂਦੇ ਉਹਨਾਂ ਦਾ, ਫਿਰ ਨਾ ਅਦਰ ਲਾਹੌਰ ਲੈਵਲ 'ਤੇ, ਫਿਰ ਜਾ ਕੇ ਨਾ 2004-5 ਪੰਜਾਬ ਲੈਵਲ 'ਤੇ ਸ਼ੌਕ ਸ਼ੁਰੂ ਹੋ ਗਿਆ, ਪਹਿਲੇ ਤਾਂ ਪੰਜਾਬ ਲੈਵਲ 'ਤੇ ਸ਼ੌਕ ਹੁੰਦਾ ਹੀ ਨਹੀਂ ਸੀ, ਹਾਂ ਨਹੀਂ ਹੁੰਦਾ ਹੀ ਨਹੀਂ ਸੀ, ਲਾਹੌਰ ਲੈਵਲ 'ਤੇ ਹੁੰਦਾ ਸੀ ਸ਼ੌਕ, ਠੀਕ ਹੈ, ਸ਼ੌਕ ਤਾਂ ਉਦੋਂ ਸ਼ੁਰੂ ਹੋਇਆ ਜਦੋਂ ਚੌਧਰੀ ਮੋਇਨ ਨਵਾਜ਼ ਅਤੇ ਚੌਧਰੀ ਸਖੀ ਸਾਹਿਬ ਦੀਆਂ ਬਾਜ਼ੀਆਂ ਉੱਡੀਆਂ ਜੀ 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 ਜੀ, ਉਦੋਂ ਫਿਰ ਲਾਹੌਰ ਪੰਜਾਬ ਜਾਂ ਪੀਪਲ ਵਾਲੇ ਦੀ ਉੱਡੀ ਹੈ ਮੋਹਨ ਨੇ ਨਾ, ਪਰ ਪੰਜਾਬ ਲੈਵਲ 'ਤੇ ਸ਼ੌਕ, ਉਸ ਤੋਂ ਬਾਅਦ ਫਿਰ ਤੁਸੀਂ ਸ਼ੌਕ ਵੀ ਸਾਰ ਪੰਜਾਬ ਲੈਵਲ 'ਤੇ, ਠੀਕ ਹੋ ਗਏ। ਉਸਤਾਦ ਜੀ, ਕਿਹੜੀ ਏਜ ਦੇ ਵਿੱਚ ਤੁਸੀਂ ਉਸਤਾਦੀ ਸ਼ਰੀਰ ਦੀ ਇਖਤਿਆਰ ਕੀਤੀ? ਮੈਂ 1994 'ਚ ਉਸਤਾਦ ਬਣਿਆ। 1994 'ਚ ਕਿੰਨਾ ਕੁ ਉਸਤਾਦੀ ਪੱਕ ਲਈ ਤੁਸੀਂ? ਮੇਰੇ ਉਸਤਾਦ ਫੌਤ ਹੋ ਗਏ, ਉਸਤਾਦ ਸਾਈ ਯਕੂਬ ਗਵਾਲ ਮੰਡੀ ਦੇ, ਉਸਤਾਦ ਸਾਈ ਗਵਾਲ ਮੰਡੀ ਵਾਲੇ, ਸਾਈ ਯਕੂਬ ਸਾਹਿਬ, ਸਾਈ ਯਕੂਬ ਸਾਹਿਬ, ਠੀਕ ਹੋ ਗਿਆ। ਇਹ ਤੁਸੀਂ ਉਸਤਾਦੀ ਜਿਹੜੀ ਇਹ ਸ਼ਾਗਿਰਦ ਹੁੰਦਿਆਂ ਫੌਰੀ ਮਿਲ ਗਈ ਸੀ ਤੁਹਾਨੂੰ ਜਾਂ ਕੁਛ ਅਰਸੇ ਬਾਅਦ ਮਿਲੀ? ਨਹੀਂ, ਮੈਂ 2 ਸਾਲਾਂ ਦਾ ਸ਼ਾਗਿਰਦ ਰਿਹਾ ਵਾ, ਤੇ ਫਿਰ ਉਸ ਤੋਂ ਬਾਅਦ ਉਸਤਾਦ ਪਾਇਆ। ਉਹਨਾਂ ਨੇ ਆਪ ਤੁਹਾਨੂੰ ਦਿੱਤੀ ਜਾਂ ਤੁਸੀਂ? ਉਹਨਾਂ ਨੇ ਆਪ ਕਿਹਾ, ਉਹਨੇ ਕਿਹਾ ਪ੍ਰੈਸ ਕਾਬਲ ਹੋ ਗਿਆ ਪੁੱਤਰ, ਤੈਨੂੰ ਪੱਗ ਦੇ ਦੀ ਆ, ਪੱਗ ਦੇ ਦੀ ਉਹਨਾਂ ਦੀ ਪੱਗ ਦੀ, ਚੱਲਾ ਜਨਤਾ ਹੀ ਕਾਰ ਕਰੇ, ਆਮੀਨ ਆਮੀਨ। ਅੱਛਾ ਉਸਤਾਦ ਜੀ, ਪਹਿਲੇ ਹੁੰਦਾ ਸੀ ਕਿ ਉਸਤਾਦ ਇੱਕ ਉਸਤਾਦੀ ਦੇ ਦਿੰਦਾ ਸੀ ਤਾਂ ਉਹਦੀ ਉਸਤਾਦੀ ਫਾਰਗ ਹੋ ਜਾਂਦੀ ਸੀ, ਫੈਸਲਾਬਾਦ ਦੀ ਅਗਰ ਮੈਂ ਗੱਲ ਕਰ ਰਿਹਾ ਤਾਂ, ਠੀਕ ਹੈ ਨਾ, ਅਤੇ ਤੁਹਾਡੇ ਲਾਹੌਰ 'ਚ ਵੀ ਇਸੇ ਤਰ੍ਹਾਂ ਹੀ ਸੀ? ਇਹ ਵੀ ਤੁਹਾਨੂੰ ਗੱਲ ਦੱਸ ਦਿਆਂ, ਆਉਂਦੀ ਰਿਕਾਰਡ ਇੱਕ ਨੋਨ ਫੈਸਲਾਬਾਦ 'ਚ ਮੈਂ ਖਤਮ ਕਰਵਾਇਆ। ਅੱਛਾ ਜੀ, ਤੁਸੀਂ ਇੱਕ ਉਸਤਾਦ ਬਣਾ ਸਕਦੇ ਹੋ, ਦੂਜਾ ਉਸਤਾਦ ਨਹੀਂ ਬਣਾ ਸਕਦੇ, ਹਾਂਜੀ ਹਾਂਜੀ, ਇਹ ਜਾ ਕੇ ਮੈਂ ਕਾਨੂੰਨ ਖਤਮ ਕਰਕੇ ਆਇਆ ਹਜੇ ਫੈਸਲਾਬਾਦ 'ਚ, ਨਹੀਂ ਤਾਂ ਐਸਐਨਪੁਰੀ ਸਾਹਿਬ ਨੂੰ ਪੁੱਛ ਲੈਣਾ ਇਸ ਗੱਲ ਦਾ, ਆਉਂਦੀ ਰਿਕਾਰਡ। ਮੈਂ ਕਿਹਾ ਯਾਰ ਤੁਸੀਂ ਇੰਨਾ ਤੰਗ ਦਸਤਰੀਨ ਕਿਉਂ ਰੱਖਦੇ ਹੋ? ਸ਼ੌਕ 'ਚ ਸਹੂਲਤਾਂ ਦੇਣੀਆਂ, ਸ਼ੌਕ ਤਦ ਵੱਧਦਾ ਕੀ ਵਾਲਾ, ਸ਼ੌਕ ਤਦ ਵੀ ਤੁਹਾਡੇ ਵੀਰ ਨੂੰ ਸ਼ਰਫ ਹਾਸਲ ਜੀ ਇਸ ਗੱਲ ਦਾ। ਮਤਲਬ ਇਹ ਜਿਹੜੀਆਂ ਹੁਣ ਫੈਸਲਾਬਾਦ ਦੇ ਵਿੱਚ ਵੀ ਅੱਗੋਂ ਤਿੰਨ ਤਿੰਨ ਉਸਤਾਦੀਆਂ ਦੇ ਰਹੇ ਹੈ, ਦੱਸਦਾ ਤੇ ਦੇਖੋ ਮੇਰੀ ਬਾਤ ਸਮਝੋ, ਜਿਸ ਵਕਤ ਤੁਸੀਂ ਸ਼ਗੀਰਦ 100-200 ਕਰਨਾ ਜੀ ਜੀ, ਉਸਤਾਦੀ ਇੱਕ ਦੇਣੀ ਹੈ, ਬਾਕੀਆਂ ਦਾ ਕੀ ਗੁਨਾਹ ਹੈ? ਦੇਖੋ ਨਾ, ਇੱਕ ਬੱਚਾ ਸ਼ਾਦੀ ਦੇ ਕਾਬਲ ਹੈ, ਤੁਸੀਂ ਉਹਦੀ ਸ਼ਾਦੀ ਨਹੀਂ ਕਰਦੇ ਤੇ ਫਿਰ ਉਹਨੂੰ ਪਹਿਲਾ ਕਾਬਲ ਕੀ ਕਰਨਾ ਵੀ ਨਾ ਕਰੋ, ਸਹੀ ਗੱਲ ਮੇਰੀ, ਤੇ ਇਸ ਤਰ੍ਹਾਂ ਜਿਹਨੂੰ ਸ਼ਗੀਰਦ ਕੀਤਾ ਜੀ ਉਹ ਉਸਤਾਦੀ ਨੇ ਕਹਿ ਕੇ ਉਸਤਾਦੀ ਦਿਓ, ਠੀਕ ਨਹੀਂ? ਬਹੁਤ ਸਾਰੇ ਐਸੇ ਵੀ ਪਲੇਅਰਸ ਹੈਗੇ ਯੰਗ, ਠੀਕ ਹੈ ਨਾ, ਜਿਹਨੂੰ ਜਿਹਨਾਂ ਨੂੰ ਕਬੂਤਰਬਾਜ਼ੀ ਵੀ ਨਹੀਂ ਆਉਂਦੀ, ਉਹ ਵੀ ਕਹਿੰਦੇ ਸਾਨੂੰ ਉਸਤਾਦੀ ਦੇ ਰਹੇ। ਉਹ ਨਹੀਂ, ਦੇਖੋ ਇੱਕ ਨਾ ਸਾਡੇ ਅਸੀਂ ਉਸਤਾਦ ਲੋਕ ਵੀ ਜ਼ਿਆਦਤੀ ਕਰ ਰਹੇ ਸਾਰੇ, ਇੱਕ ਚੀਜ਼ ਹੋਣੀ ਚਾਹੀਦੀ ਹੈ ਕਿ ਵੀ ਉਸਤਾਦੀ ਉਹਨੂੰ ਦੇਣੀ ਹੈ ਜਿਹੜਾ ਖੁਦ ਪੀਰ ਕਾਰੀਗਰ ਬਣੇ, ਕਾਰੀਗਰ ਕਾਨੂੰਨ ਇਹ ਤੈਅ ਹੋਣਾ ਚਾਹੀਦਾ ਪੂਰੇ ਪਾਕਿਸਤਾਨ 'ਚ ਕੀ ਵਰਲਡ 'ਚ ਵੀ, ਜੀ ਜੀ ਜੀ, ਉਸਤਾਦ ਉਸ ਬੰਦੇ ਨੂੰ ਦਿਓ ਜਿਹੜਾ ਖੁਦ ਮੁਖਤਾਰ ਹੋਈਏ, ਖੁਰਾਕ ਉਹਨੂੰ ਆਪ ਬਣਾਉਣੀ ਆਵੇ, ਕਬੂਤਰ ਆਪਣੇ ਆਪ ਉਡਾਉਣੇ ਆਵੇ, ਨੁਸਖੇ ਆਪ ਲਾਉਣੇ ਹਨ, ਫਿਰ ਉਹਨੂੰ ਉਸਤਾਦੀ ਪਾ ਕੇ ਦੇਵੇ। ਇਹ ਕੋਈ ਚੀਜ਼ ਨਹੀਂ, ਮੰਮੀ ਇਹ ਗਲਤ ਕਰ ਲਵਾਂ ਕੰਮ, ਇੱਧਰੋਂ ਮੂੰਹ ਭਰੀ ਦਾ, ਇੱਧਰੋਂ ਕਹਿੰਦੇ ਅਸੀਂ ਉਸਤਾਦ ਕਰਤਾ ਯਾਰ, ਇਹ ਜ਼ੁਲਮ ਹੈ, ਇਹ ਗੱਲ ਠੀਕ ਹੋ ਗਈ। ਇੱਕ ਬੱਚਾ
लेकिन देख रहे हो तुसी भी देखते हो गए बाकी दोस्तों भी पता अज कल मतलब एक नोटा का हार पै जाता है कबूतर रखे घर नहीं रखे यार उस्तादी मंगता ही दे दे यार नुकसान बड़ा वड्डा है उस्तादां दी कदर घट गई बिलकुल शौक नूं नुकसान होया पहले इस तरह नहीं थे हुंदा जदों 20-20 साल 15-15 साल उस्तादां दीआं दौरियां धोईदे सी खुड्डे साफ करदे सी जदों कुछ सिख लैंदा सी ना उस्ताद शागिर्द ते फिर उस्ताद नूं उस्तादी दिंदा सी पहले खलीफा करदे सन फिर उस्ताद करदे सन ते हुण ते बाबा जी दह जमात पास हो डायरेक्ट हवलदार हूं काम है बिलकुल 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 सही कह रहे क्योंकि मैं देखो लाहौर नाल तो एड्डा ज्यादा वाकफ नहीं जिहड़े इलाके नाल वाकफ हां ओहदी ही गल करांगे कि मतलब अक्सर पूरे पंजाब नूं शगिरद ने मैनूं तो हर शहर दे कानून दा पता है बिल्कुल बिल्कुल तुसीं इक उमर गुजारती है मैनूं पिंडी दे कानून दा पता है मैनूं मंडी वी मेरे शगिरद ने हर जगह दे मेरे शगिरद ने गुजरात है गुजरात हर दुनिया दे कोने दे लोक पाकिस्तान तों बाहर भी ठीक है ते ओह बात हैगी है किसे चीज़ दा कोई मैरिट होना चाहिए तो इयां करना चाहिए उस्तादां नूं उस्तादां नूं जिन्ने वड्डे वड्डे उस्ताद नूं बह के लामल तय करना चाहिए बिल्कुल वर्ल्ड जी यार बस ए बंदे उस्तादी देनी है जिहड़ा ते काबिल होवे काबिल होवे बहुत ज्यादा फर्क आ गया ठीक है वजह यह हो गई कि वह कहना कि यार ये कोई कुछ नहीं ना चलो छोड़ो कोई नहीं अगला उस्ताद फड़ दो घर ही भाणा ना पा देंगे कदर घट गई बिल्कुल तुसी सही कह रहे हो अच्छा उस्ताद जी 1994 ਚ ਤੁਸੀਂ ਪ੍ਰੋਪਰਲੀ ਸ਼ੌਕ 92 ਚ ਕਿ 94 ਚ 94 ਹੀ ਸਾਲ ਹੋਇਆ 94 ਉਹ ਤੇ 77 ਤੇ ਕਰਦੇ ਆ ਰਹੇ ਨਹੀਂ ਜਿਹੜੀਆਂ ਟੂਰਨਾਮੈਂਟ ਵਗੈਰਾ ਲਾਹੌਰ ਦੇ ਵੱਡੇ ਜੋ ਅਸੀਂ ਨਾ 92 ਦੇ ਜੇੜ ਦੀਆਂ ਬਾਅਦ ਨੂੰ ਲਈਆਂ ਠੀਕ ਹੈ 88-99 ਦੇ ਅਸੀਂ ਨਾ ਟੂਰਨਾਮੈਂਟ ਉਡਾਉਂਦੇ ਆ ਰਹੇ ਹਾਂ ਉਡਾਉਂਦੇ ਆ ਰਹੇ ਸੀ ਠੀਕ ਹੈ ਅੱਛਾ ਉਸਤਾਦ ਜੀ 1992 ਤੋਂ ਲੱਗ ਕੇ 2023 ਮਾਸ਼ਾਅੱਲਾ ਗੁਜ਼ਰ ਚੁੱਕੀ ਹੈ ਜੇਟ ਠੀਕ ਹੈ ਨਾ ਇਹਨਾਂ ਇੰਨੇ ਅਰਸੇ ਦੇ ਵਿੱਚ ਕਿੰਨੀ ਦਫ਼ਾ ਤੁਸੀਂ ਚੈਂਪੀਅਨ ਲਾਹੌਰ ਹੋਏ ਹੋ ਜਾਂ ਕਿੰਨੀ ਦਫ਼ਾ ਤੁਸੀਂ ਪੰਜਾਬ ਖੇਲਿਆ ਬਾਲੀਆਂ ਤਾਂ ਸਾਰੀ ਜ਼ਿੰਦਗੀ ਉਡਾਈਆਂ ਜੇਟ ਚੈਂਪੀਅਨ ਦੋ ਦਫ਼ਾ ਹੀ ਲਾਹੌਰ ਦੇ ਹੋਏ ਹਾਂ ਇੱਕ ਦਫ਼ਾ 2019 ਇੱਕ ਦਫ਼ਾ 2018 2019 ਔਰ 2018 ਚ ਹੋਏ ਹੋ ਮਾਸ਼ਾਅੱਲਾ ਤੇ ਚੈਂਪੀਅਨ ਪੰਜਾਬ ਆ ਜਿਹੜਾ ਲੱਖਾਂ ਦਾ ਕੱਪ ਉੜਾਉਂਦਾ ਸਾਡੇ ਲਾਹੌਰ 'ਚ ਜੀ 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 ਜਿਹੜਾ ਉਹ ਜਿੱਤਦਾ ਨਾ ਉਹ ਚੈਂਪੀਅਨ ਹੁੰਦਾ ਉਹ ਦੋ ਦਫ਼ਾ ਲੱਖਾਂ ਦਾ ਕੱਪ ਜਿੱਤਿਆ ਮਾਸ਼ਾਅੱਲਾ ਕਿਉਂਕਿ ਵੱਡਾ ਕੱਪ ਹੋ ਜਾਂਦਾ ਲੱਖਾਂ ਹੋ ਜਾਂਦਾ ਕਿੰਨੇ ਦਿਨ ਦੀ ਐਵਰੇਜ ਦੱਸੋ 4 ਦਿਨ ਦੀ ਐਵਰੇਜ ਆ 4 ਦਿਨ ਦੀ 5 ਦਿਨ ਦਾ ਵੀ ਹੁੰਦਾ 5 ਦਿਨ ਦਾ ਵੀ ਹੁੰਦਾ ਠੀਕ ਹੈ ਠੀਕ ਹੈ ਅਗਰ ਤੁਹਾਨੂੰ ਯਾਦ ਹੋਵੇ ਤਾਂ ਕਿੰਨੇ ਘੰਟੇ ਬਣਾਏ ਸੀ ਜਦੋਂ ਤੁਸੀਂ ਚੈਂਪੀਅਨ ਹੋਏ ਸੀ ਜਿਹੜਾ ਨਾ ਜਦੋਂ ਮੈਂ ਪਹਿਲੀ ਦਫ਼ਾ ਚੈਂਪੀਅਨ ਹੋਇਆ ਵਾਂ ਉਦੋਂ 4 ਦਿਨਾਂ ਦੇ ਮੈਂ 250 ਘੰਟੇ ਬਣਾਏ ਸੀ ਗਰਮੀ ਵੀ ਬੜੀ ਸੀ 2018 'ਚ ਅੱਛਾ ਕਿੰਨੇ ਕਬੂਤਰ ਉਡਾਉਂਦੇ ਸੀ ਸੱਤ ਕਬੂਤਰਾਂ ਨਾਲ 250 ਘੰਟੇ ਮਾਸ਼ਾਅੱਲਾ ਬੜੇ 6 ਘੰਟੇ ਹੈ ਉਦੋਂ 46-47 ਟੈਂਪਰੇਚਰ ਦਾ ਰਿਕਾਰਡ ਹੈ 250 ਘੰਟੇ ਉਹਦੇ ਨੇ ਇੱਕ ਦਿਨ 46 ਗਰਮੀ ਸੀ ਉਹਦੇ ਨੇ ਇੱਕ ਦਿਨ ਜਿਵੇਂ 76 ਘੰਟੇ ਬਣਾਏ ਇੱਕ ਦਿਨ 'ਚ 76 ਘੰਟੇ ਬੜੀ ਅੱਛੀ ਪ੍ਰਵਾਸ ਸੱਤਾਂ ਕਬੂਤਰਾਂ ਨਾਲ ਅੱਛਾ ਉਸਤਾਦ ਚੈਂਪੀਅਨ ਪੰਜਾਬ ਦਾ ਵੀ ਟਾਈਟਲ ਤੁਹਾਡੇ ਨਾਮ ਦੇ ਨਾਲ ਲੱਗਦਾ ਹੋਵੇ ਹਾਂਜੀ ਦੋ ਦਫ਼ਾ ਪੰਜਾਬ ਚੈਂਪੀਅਨ ਹੋਇਆ ਇੱਕ ਦਫ਼ਾ ਆਪ ਸਾਹਿਬ ਦਾ ਕੰਮ ਜਿੱਤਿਆ ਪੂਰੇ ਪੰਜਾਬ ਦਾ ਬੱਚਿਆਂ ਦਾ ਠੀਕ ਹੈ ਇੱਕ ਦਫ਼ਾ ਅਸਲਮ ਬਾਰਕ ਸਾਹਿਬ ਨੇ ਕੱਪ ਉਡਾਇਆ ਸੀ ਉਹਨਾਂ ਸ਼ਹਿਰਾਂ ਮਿਰਕਾਂ ਨੇ ਵੀਰ ਵਾਰੇ ਸ਼ਾਹ ਦੇ ਨਾਂ ਦਾ ਕੱਪ ਉਡਾਇਆ ਅੱਛਾ 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 ਠੀਕ ਹੈ ਦੋ ਦਫ਼ਾ ਪੰਜਾਬ ਚੈਂਪੀਅਨ ਦੋ ਦਫ਼ਾ ਪੰਜਾਬ ਚੈਂਪੀਅਨ ਵੀ ਹੋਏ ਆ ਮਾਸ਼ਾਅੱਲਾ ਤੇ 1-1 ਮੁਕਾਬਲੇ ਤੁਹਾਡੇ ਹਰ ਸੀਜ਼ਨ ਜੇੜ ਦੇ ਵਿੱਚ ਕਿੰਨੇ ਘਰਾਂ ਨਾਲ ਤੈਅ ਹੁੰਦੇ ਨੇ 40-50 ਨਾਲ 40-50 ਨਾਲ ਹੋ ਜਾਂਦੇ ਆ ਠੀਕ ਹੈ ਕਿੰਨੇ ਕੁ ਘਰਾਂ ਨੂੰ ਤੁਸੀਂ ਸ਼ਿਕਸਤ ਦੇ ਦਿੰਦੇ ਹੋ ਕਿੰਨੇ ਕੁ ਘਰਾਂ ਕੋਲ ਤੁਸੀਂ ਸ਼ਿਕਸਤ ਖਾਂਦੇ ਦੇਖੋ ਜੀ ਤਕਰੀਬਨ ਕੋਈ 5-7 ਕੋ ਹਰ ਵੀ ਜਾਈਦਾ ਕਿਸੇ ਦੇ ਕਿੰਨੀਆਂ 40 ਕੋ ਜਿੱਤ ਵੀ ਜਾਈਦਾ ਕਿਸੇ ਦੇ ਸਾਰਿਆਂ ਕੋ ਵੀ ਜਿੱਤ ਜਾਈਦਾ ਅੱਛਾ ਇਹ ਹੈ ਤਾਂ ਕਿ ਹੁੰਦਾ ਇਸ ਟਾਈਮ ਤੇ ਕੋਈ ਸ਼ਾਇਦ ਛੱਤ ਜਿਹੜੀ ਲਾਹੌਰ ਸਾਰਿਆਂ ਨੂੰ ਜਿੱਤਦੀ ਹੋਵੇ ਹੁਣ ਕੰਪੀਟੀਸ਼ਨ ਇਹਦਾ ਹੋ ਗਿਆ ਬਹੁਤ ਜ਼ਿਆਦਾ ਤੁਸੀਂ 40 ਜਿੱਤਿਆ ਨਾ ਤੇ 50 ਕੋ ਤੁਸੀਂ ਵੀ ਹਰ ਜਾਣਾ ਜੇ ਤੁਸੀਂ ਕਹਿੰਦੇ 45 ਜਿੱਤੇ ਹੋ ਤੁਸੀਂ 50 ਕੋ ਹਰ ਜਾਣਾ ਇਹ ਜਿਹੜਾ ਇੱਕ ਲਾਹੌਰ ਦੇ ਵਿੱਚ ਨਾ ਮੇਰੀ ਨਜ਼ਰ ਜੀ ਐਤਕੀ ਵੀ ਕੋਈ ਐਸਾ ਬੰਦਾ ਨਹੀਂ ਕਿ ਜਿਹਨੇ ਸਾਰੇ ਲਾਹੌਰ ਨੂੰ ਜਿੱਤਿਆ ਹੋਵੇ ਜੇ ਕੋਈ ਦੱਸਾਂ